सर्व भारत नौजवान सभा और ऑल इंडिया स्टूडेंट्स फेडरेशन का पुतला फूंक प्रदर्शन लगातार जारी है। इसी के अंतर्गत उनके द्वारा सीमावर्ती गांव तेजा रुहेला में डीसी फाजिलका का पुतला फूंका गया। उनका कहना है कि प्रशासन व पंजाब सरकार द्वारा सीमावर्ती क्षेत्र के लोगों को बुनियादी सुविधाएं मुहैया नहीं करवाई जा रही हैं। उनकी मांग है कि सीमावर्ती क्षेत्र के लोगों को बुनियादी सुविधाएं मुहैया करवाई जाएं। ਨੌਜਵਾਨ ਸਭਾ ਦਾ ਪਿੰਡ ਤੇਜਰ ਵੇਲਾ ਤੋਂ ਪ੍ਰਧਾਨ ਸਾਡੀਆਂ ਕੁਝ ਮੰਗਾਂ ਨੂੰ ਲੈ ਕੇ ਅਸੀਂ ਪਿੰਡ ਜੰਗੜ ਬੈਣੀ ਜਿਹੜਾ ਸਕੂਲ ਦੀ ਸੀਗੀ ਉਹਨਾਂ ਨੂੰ ਅਤੇ ਹੋਰ ਦੋ ਤਿੰਨ ਮੰਗਾਂ ਸੀਗੀਆਂ ਸਾਡੀਆਂ ਜਿਹੜੀਆਂ ਡੀ ਸੀ ਮੈਡਮ ਨੂੰ ਅੱਜ ਤੋਂ ਪਹਿਲਾਂ ਇੱਕ ਮੰਗ ਪੱਤਰ ਦਿੱਤਾ ਸੀਗਾ ਪਰ ਉਹਦੇ 'ਤੇ ਕੋਈ ਗੌਰ ਨਹੀਂ ਕੀਤੀ ਗਈ। ਉਸ ਤੋਂ ਬਾਅਦ ਅਸੀਂ ਅੱਜ ਇੱਕ ਹਫ਼ਤਾ 10 ਦਿਨ ਪਹਿਲਾਂ ਵੀ ਮੰਗ ਪੱਤਰ ਫਿਰ ਦੁਬਾਰਾ ਵੀ ਦਿੱਤਾ ਸੀਗਾ ਪਰ ਉਹਨਾਂ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕੀ। ਜੰਗੜ ਬੈਣੀ ਦੇ ਵਿੱਚ ਜਿਹੜਾ ਸਕੂਲ ਪਲੱਸ ਟੂ ਦਾ ਹੈ ਉੱਥੇ 7 ਲੈਕਚਰਾਰ ਦੀ ਕਮੀ ਅਤੇ ਇੱਕ ਪ੍ਰਿੰਸੀਪਲ ਇੱਕ ਬਿਲਡਿੰਗ ਜਿਹੜੀ ਖਸਤਾ ਹਾਲਤ ਦੇ ਵਿੱਚ ਪਈ ਹੈ ਕਈ ਦਿਨਾਂ ਤੋਂ ਉੱਥੇ ਖਤਰਾ ਬਣਿਆ ਹੋਇਆ ਹੈ ਨਾ ਜਾਣੀ ਕਿਸੇ ਦਿਨ ਕੋਈ ਹਾਦਸਾ ਵਾਪਰ ਜਾਵੇ ਤਾਂ ਕੋਈ ਦੁਰਘਟਨਾ ਹੋ ਜਾਵੇ ਬੱਚਿਆਂ ਦੇ ਡੈਥ ਹੋਣ ਦਾ ਖਤਰਾ ਹੈ ਜਾਂ ਕੋਈ ਹੋਰ ਵੀ ਜਾਨੀ ਨੁਕਸਾਨ ਹੋ ਸਕਦਾ। ਪਰ ਇੱਕ ਜਿਹੜਾ ਹੜ੍ਹ ਆਏ ਸੀਗੇ ਉਹਦੇ ਕਾਰਨ 'ਤੇ ਸੜਕਾਂ ਜਿਹੜੀਆਂ ਸਾੜੀਆਂ ਸੀਗੀਆਂ ਬਿਲਕੁਲ ਟੁੱਟ ਗਈਆਂ ਸੀਗੀਆਂ। ਜਿਹੜਾ ਸਮਣਾ ਸਾਹਿਬ ਕਹਿੰਦਾ ਸੀਗਾ ਉਸ ਸਮੇਂ ਮੈਂ ਇੱਕ ਹਫ਼ਤੇ ਦੇ ਵਿੱਚ ਤਿਆਰ ਕਰ ਦਿਆਂਗਾ ਪਰ ਲੰਮਾ ਸਮਾਂ ਬੀਤਣ ਤੋਂ ਬਾਵਜੂਦ ਅਜੇ ਤੱਕ ਵੀ ਉਹਨਾਂ ਦੇ ਕੋਈ ਸੜਕ ਦੀ ਭਰਪਾਈ ਨਹੀਂ ਕੀਤੀ। ਅਤੇ ਜਿਹੜਾ ਇੱਕ ਸਾਡੇ ਪਲੱਸ ਟੂ ਦੇ ਬੱਚੇ ਪਲੱਸ ਟੂ ਤੋਂ ਬਾਅਦ ਜਿਹੜੇ ਲਗਭਗ ਕਾਲਜਾਂ ਦੇ ਵਿੱਚ ਪੜ੍ਹਨਾ ਚਾਹੁੰਦੇ ਨੇ ਉਹਨਾਂ ਨੂੰ ਜਿਹੜੀ ਬੱਸ ਸੁਵਿਧਾ ਨਹੀਂ ਹੈਗੀ ਕਾਫੀ ਸਮੇਂ ਤੋਂ ਜਿਹੜੀ ਸਾਨੂੰ ਬੱਸ ਸੁਵਿਧਾ ਨਾ ਹੋਣ ਕਰਕੇ ਕਈ ਬੱਚੇ ਸਾਡੇ ਇਵੇਂ ਹੀ ਘਰ ਹੀ ਬੈਠੇ ਰਹਿ ਜਾਂਦੇ ਨੇ ਸਕੂਲ ਛੱਡ ਜਾਂਦੇ ਨੇ। ਅਤੇ ਆਪਾਂ ਜੇ ਮਾਨ ਸਾਹਿਬ ਸਰਕਾਰ ਦੀ ਗੱਲ ਕਰੀਏ ਤਾਂ ਉਹਨਾਂ ਜਦੋਂ ਸਰਕਾਰ ਬਣਨ ਤੋਂ ਪਹਿਲਾਂ ਜਿਹੜੇ ਆਪਣੇ ਨਾਲ ਵਾਅਦੇ ਕੀਤੇ ਸੀਗੇ ਉਹਨਾਂ ਦੇ ਮੇਨ ਵਾਅਦੇ ਇਹ ਸੀਗੇ ਹੈਲਥ ਅਤੇ ਐਜੂਕੇਸ਼ਨ। ਜੇ ਅੱਜ ਐਜੂਕੇਸ਼ਨ ਦੀ ਆਪਾਂ ਗੱਲ ਕਰਦੇ ਹਾਂ ਤਾਂ 7-7 ਜਿਹੜੇ ਟੀਚਰ ਆਪਾਂ ਨੂੰ ਪਲੱਸ ਟੂ ਦੇ ਨਾ ਮਿਲਣ ਕਿ ਇਹ ਡੀ ਸੀ ਮੈਡਮ ਚਾਹੇ ਸੈਨੂ ਦੁੱਗਲ ਹੋ ਆਪਾਂ ਗੱਲ ਕਰ ਲਈਏ ਚਾਹੇ ਭਗਵੰਤ ਮਾਨ ਦੀ ਕਰ ਲਈਏ ਚਾਹੇ ਨਰਿੰਦਰਪਾਲ ਸਵਣਾ ਆਪਾਂ ਇੱਥੋਂ ਦੇ ਵਿਧਾਇਕ ਦੀ ਗੱਲ ਕਰ ਲਈਏ ਜੇ ਸਿੱਤੇ 7-7 ਟੀਚਰ ਨਾ ਹੋਣ ਉੱਥੇ ਨਾਂਦੇ ਬੱਚਿਆਂ ਨੂੰ ਕੀ ਗੱਲ ਪੜ੍ਹਾਇਆ ਜਾਵੇਗਾ ਕੀ ਉਹ ਐਡਮਿਸ਼ਨ ਉੱਥੇ ਦਵਾਣਗੇ। ਅੱਜ ਸਾਡੇ ਬੱਚਿਆਂ ਦਾ ਜਿਹੜਾ ਵਿਸ਼ ਕਾਫੀ ਜ਼ਿਆਦਾ ਉਹਨਾਂ ਦਾ ਨੁਕਸਾਨ ਹੋ ਰਿਹਾ। ਪਹਿਲਾਂ ਸਾਨੂੰ 3 ਮਹੀਨੇ ਪਾਣੀਆਂ ਤੋਂ ਮਾਰ ਪਈ ਫਿਰ ਸਰਦੀ ਦੇ ਵਿੱਚ 1 ਮਹੀਨਾ ਲਗਭਗ ਸਕੂਲ ਨਹੀਂ ਲੱਗੇ ਤਾਂ ਬੱਚਿਆਂ ਦੀ ਪੜ੍ਹਾਈ ਕਿੱਥੋਂ ਹੋਵੇਗੀ ਉਹ ਕੱਲ੍ਹ ਨੂੰ ਕਿੱਥੋਂ ਟੈਸਟ ਪਾਸ ਕਰਨਗੇ ਜਾਂ ਕੱਲ੍ਹ ਨੂੰ ਕਿੱਥੋਂ ਨੌਕਰੀਆਂ ਪ੍ਰਾਪਤ ਕਰਨਗੇ। ਇਹਨਾਂ ਸਰਕਾਰਾਂ ਨੂੰ ਆਪਣੇ ਵੱਲ ਧਿਆਨ ਦੇਣਾ ਚਾਹੀਦਾ। ਸਰਕਾਰਾਂ ਆਉਂਦੀਆਂ ਨੇ ਵੋਟਾਂ ਲੈ ਕੇ ਬਟੋਰ ਕੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਚਲੇ ਜਾਂਦੇ ਨੇ ਪਰ ਸਾਡੇ ਵੱਲ ਕਿਸੇ ਦਾ ਕੋਈ ਧਿਆਨ। ਮੇਰਾ ਨਾਮ ਸੁਨੀਤਾ ਹੈ ਪਿੰਡ ਤੇਜਰ ਵੇਲਾ। ਅਸੀਂ ਜਿਹੜਾ ਅੱਜ ਡੀ ਸੀ ਦਾ ਪੁਤਲਾ ਫੂਕਿਆ ਸਾਡੀ ਮੰਗ ਇਹੀ ਹੈ ਵੀ ਜਿਹੜਾ ਸਕੂਲਾਂ ਦੇ ਵਿੱਚ ਕੋਈ ਬੱਚਿਆਂ ਦੀ ਪੜ੍ਹਾਈ ਨਹੀਂ ਹੋ ਰਹੀ ਜਿਹੜੇ ਸਾਡੇ ਬੱਚਿਆਂ ਦੀ ਪੜ੍ਹਾਈ 'ਤੇ ਬਹੁਤ ਹੀ ਮਾੜਾ ਅਸਰ ਪੈ ਰਿਹਾ। ਜਦੋਂ ਹੀ ਬੱਚੇ ਆਉਂਦੇ ਨੇ ਘਰ ਹਰ ਰੋਜ਼ ਇਹੀ ਪੁੱਛਦੇ ਨੇ ਕਹਿੰਦੇ ਨੇ ਮੰਮੀ ਵੀ ਸਾਡਾ ਅੱਜ ਕੋਈ ਟੀਚਰ ਨਹੀਂ ਆਇਆ ਜਾਂ ਅੱਜ ਸਾਡਾ ਪੇਪਰ ਨਹੀਂ ਹੋਇਆ। ਇਹਦੇ ਵਿੱਚ ਸਭ ਸਾਨੂੰ ਇਹ ਹੀ ਡੀ ਸੀ ਮੈਡਮ ਨੂੰ ਅਜੇ ਤੱਕ ਸੁੱਤੀ ਪਈ ਹੈ ਜਿਹੜੀ ਜਾਗ ਅਤੇ ਇਹਨੇ ਕੋਈ ਗੱਲ ਨਹੀਂ ਸੁਣੀ ਅਤੇ ਇਹਨੂੰ ਹੋਣਾ ਚਾਹੀਦਾ ਵੀ ਇਹ ਸਕੂਲਾਂ ਵੱਲ ਧਿਆਨ ਦੇਵੇ ਅਤੇ ਸਾਡੀਆਂ ਜਿਹੜੇ ਪਾਣੀ ਆਏ ਸੀ ਉਦੋਂ ਸਾਡੇ ਜਿਹੜੇ ਸੜਕਾਂ ਟੁੱਟੀਆਂ ਨੇ ਉਹਨਾਂ ਵੱਲ ਵੀ ਧਿਆਨ ਦੇਵੇ। ਜੇਕਰ ਇਹ ਧਿਆਨ ਨਹੀਂ ਦਿੰਦੀ ਅਸੀਂ ਇਸ ਤੋਂ ਵੱਡਾ ਹੀ ਵੀ ਇਸ ਤੋਂ ਵੱਡਾ ਧਰਨਾ ਲਾਵਾਂਗੇ ਇਹਦੇ ਜਾ ਕੇ ਦਫ਼ਤਰ। ਜੇਕਰ ਫਿਰ ਵੀ ਨਹੀਂ ਮੰਨਦੀ ਤਾਂ ਫਿਰ ਮਾਨ ਸਾਹਿਬ ਦੇ ਅਸੀਂ ਕੋਠੀ ਨੂੰ ਘੇਰਾ ਪਾਵਾਂਗੇ। ਜੇਕਰ ਫਿਰ ਵੀ ਸਾਡੀ ਮੰਗ ਨਹੀਂ ਪੂਰੀ ਕੋਈ ਕਰਦੇ ਤਾਂ ਫਿਰ ਇਸ ਤੋਂ ਬਾਅਦ ਕੋਈ ਸਾਡੇ ਪਿੰਡਾਂ ਵੱਲ ਮਾਨ ਸਾਹਿਬ ਵੋਟਾਂ ਲੈਣ ਵਾਸਤੇ ਜਾਂ ਕੋਈ ਵੀ ਇਹ ਦੁਬਾਰਾ ਇੱਧਰ ਮੂੰਹ ਨਾ ਕਰੇ। ਸਾਡੀ ਤਾਂ ਇਹੀ ਇਹਦੇ ਅੱਗੇ ਹੈ ਜਿਹੜੀ ਹੀ
ਸਾਡੀਆਂ ਮੰਗਾਂ ਨੇ ਜਾਂ ਕੋਈ ਭੈਣਾਂ ਵਾਸਤੇ ਇਹਨਾਂ ਨੇ ਝੂਠ ਮਾਰ ਕੇ ਵੋਟਾਂ ਲਈਆਂ? ਇਹਨਾਂ ਨੇ ਸਾਡੇ ਵਾਸਤੇ ਕਿਹਾ ਵੀ ਅਸੀਂ ਜੋ ਕਰਕੇ ਮਾਨ ਸਾਹਿਬ ਨੇ ਇੰਨਾ ਮਾਣ ਰੱਖਿਆ ਸੀ ਵੀ ਇਹ ਸਾਡੀਆਂ ਬੱਚਿਆਂ ਬਾਰੇ ਜਾਂ ਕੋਈ ਕਹਿੰਦਾ ਅਸੀਂ ਨੌਕਰੀਆਂ ਦੇਵਾਂਗੇ, ਰੋਜ਼ਗਾਰ ਅਸੀਂ ਕਰਾਂਗੇ, ਕੋਈ ਵੀ ਨੇ ਮੰਗ ਸਾਡੇ ਬੱਚਿਆਂ ਤੱਕ ਪੂਰੀ ਨਹੀਂ ਕੀਤੀ। ਜੋ ਹੀ ਬੱਚੇ ਪੜ੍ਹਨ ਜਾਂਦੇ ਨੇ ਜਾਂ ਪੜ੍ਹਾਈ ਵਿੱਚ ਟੀਚਰਾਂ ਦੀ ਕਮੀ ਹੈ ਜਾਂ ਪੇਪਰਾਂ ਵਿੱਚ ਕੋਈ ਵੀ ਹੈ, ਉਹ ਮਾਨ ਸਾਹਿਬ ਹੀ ਹੋਣਗੇ ਜ਼ਿੰਮੇਵਾਰ। ਮੇਰਾ ਨਾਮ ਕੁਲਵੰਤ ਕੌਰ ਹੈ, ਪਿੰਡ ਤੇਜਰ ਵੇਲਾ ਦੇ ਰਹਿਣ ਵਾਲੀ ਹੈ, ਅਤੇ ਸਾਡੀਆਂ ਮੁਸ਼ਕਲਾਂ ਕੋਈ ਵੀ ਹੱਲ ਨਹੀਂ ਕੀਤੀਆਂ ਗਈਆਂ। ਜੋ ਬੱਚੇ ਸਕੂਲ ਜਾਂਦੇ ਨੇ ਉਹਨਾਂ ਦੀਆਂ ਬਹੁਤ ਮੁਸ਼ਕਲਾਂ ਆਉਂਦੀਆਂ ਨੇ, ਜਦੋਂ ਧੁੰਦ ਕਾਰਨ ਬੱਚੇ ਠੰਡ ਵਿੱਚ ਬਹੁਤ ਔਖੇ ਜਾਂਦੇ ਨੇ ਸਾਈਕਲਾਂ 'ਤੇ, ਕਈ ਵਾਰੀ ਮੋਟਰਸਾਈਕਲਾਂ 'ਤੇ। ਇੱਥੇ ਬੱਸ ਲੱਗਣੀ ਚਾਹੀਦੀ ਹੈ, DC ਵੱਲੋਂ ਆਰਡਰ ਹੋਣਾ ਚਾਹੀਦਾ ਜੀ, ਅਤੇ ਜੋ ਵੀ ਸਾਨੂੰ ਮੰਗਾਂ ਸਾਡੀਆਂ ਦਿੱਤੀਆਂ ਜਾਵਣ, ਨਹੀਂ ਤਾਂ ਅਸੀਂ DC ਦੇ ਬਹੁਤ ਹੀ ਵਾਰਖਲਾਫ ਚੱਲਾਂਗੇ। ਅਤੇ ਜਿਹੜੀਆਂ ਸਾਡੀਆਂ ਸੜਕਾਂ ਪਾਣੀ ਹੜ੍ਹ ਨਾਲ ਟੁੱਟੀਆਂ ਸੀ, ਉਦੋਂ ਸਾਡੇ ਇਹਨਾਂ ਨੇ ਆ ਕੇ ਕੋਈ ਪਤਾ ਨਹੀਂ ਲਿਆ ਜੀ। ਉਦੋਂ ਤਾਂ ਆਉਂਦੇ ਸੀ ਫੋਟੋਆਂ ਖਿਚਾਉਣ, ਪਰ ਹੁਣ ਨਹੀਂ ਆਏ ਸਾਡਾ ਪਤਾ ਲੈਣ ਵੀ ਤੁਹਾਡਾ ਸੜਕਾਂ ਕਿਵੇਂ ਨੂੰ। ਰਾਤ ਨੂੰ ਕੋਈ ਵੀ ਵਿਚਾਰਾ ਜਾਂਦਾ ਆਉਂਦਾ ਦੁੱਖ ਸੁੱਖ ਹੋ ਜਾਂਦਾ, ਅਤੇ ਉਹਨਾਂ ਨੂੰ ਬਹੁਤ ਮੁਸ਼ਕਲ ਆਉਂਦੀ ਹੈ, ਕਿਉਂ ਸੜਕਾਂ ਟੁੱਟੀਆਂ ਹੋਈਆਂ ਨੂੰ। ਉੱਥੇ ਕੋਈ ਵੀ ਕਈ ਖੱਡੇ 'ਚ ਡਾ ਡਿੱਗਦੇ ਨੇ ਵਿਚਾਰੇ, ਕੋਈ ਕਈ ਐਕਸੀਡੈਂਟ ਹੋ ਜਾਂਦੇ ਆ, ਅਤੇ ਉਹਨਾਂ ਕਾਰਨ ਆਪਾਂ ਨੂੰ ਸੋਚਣਾ ਚਾਹੀਦਾ ਸਰਕਾਰ ਨੂੰ। ਅਤੇ ਇੱਕ ਸਾਡੇ ਅਸੀਂ ਮਿਡੇ ਮਿਲ 'ਚ ਕੰਮ ਕਰਦੇ ਆ ਵਰਕਰ, ਬੱਚਿਆਂ ਦਾ ਖਾਣਾ ਬਣਾਵੀਦਾ, ਅਤੇ ਸਾਡੇ ਤਨਖਾਹਾਂ ਬਹੁਤ ਘੱਟ ਦਿੱਤੀਆਂ ਜਾ ਰਹੀਆਂ, ਸਾਨੂੰ ਤਨਖਾਹ ਸਾਰੀ 3000 ਦਿੱਤੀ ਜਾ ਰਹੀ ਹੈ, 200-300 ਬੱਚੇ 400 ਦਾ ਸੀ ਖਾਣਾ ਬਣਾਵੀਦਾ ਰੋਜ਼ ਦਾ ਡੇਲੀ ਦਾ, ਅਤੇ ਸਾਡੇ ਵੱਲ ਕੋਈ ਸਰਕਾਰ ਧਿਆਨ ਨਹੀਂ ਦੇ ਰਹੀ। ਸਾਨੂੰ ਇਹ ਹੀ ਹੈ ਵੀ ਸਾਡੀ ਮੰਗ ਸਾਨੂੰ ਮਿਲ ਜਾਵੇ, ਸਾਡੀ ਤਨਖਾਹ ਸਾਨੂੰ ਵਧਾਈ ਜਾਵੇ, ਅਤੇ ਸਾਨੂੰ ਜੋ ਵੀ ਮੁਸ਼ਕਲ ਆਉਂਦੀ ਹੈ ਫਿਰ ਅਸੀਂ ਤਾਂ ਸਰਕਾਰ ਨੂੰ ਕਹਿਣਾ ਜਾਂ ਮਾਨ ਸਾਹਿਬ ਨੂੰ ਕਹਾਂਗੇ, ਜੇ ਉਹ ਨਾ ਸੁਣਨਗੇ ਤਾਂ ਫਿਰ ਅਸੀਂ ਅੱਗੇ ਵੀ ਜਾ ਸਕਦੇ ਵੱਡੀ ਸਰਕਾਰ 'ਤੇ ਵੀ। ਹਾਂਜੀ, ਮੇਰਾ ਨਾਮ ਕੁਲਦੀਪ ਸਿੰਘ, ਪਿੰਡ ਮਾਤਮਾ ਤੋਂ ਮੈਂ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਮਾਤਮਾ ਦਾ ਹੈਗਾ। ਸਾਡੀਆਂ ਜਿਹੜੀਆਂ ਮੰਗਾਂ ਜਾਇਜ਼ ਹੈਗੀਆਂ ਨੇ, DC ਸਾਹਿਬ ਕੋਲ ਪਹਿਲਾਂ ਵੀ ਅੱਜ ਤੋਂ ਕੁਝ ਦਿਨ ਪਹਿਲਾਂ ਮੰਗ ਪੱਤਰ ਦਿੱਤਾ ਸੀਗਾ, ਜਿਹੜੀਆਂ ਸੜਕਾਂ ਟੁੱਟੀਆਂ ਸੀਗੀਆਂ ਜਾਂ ਸਕੂਲਾਂ ਬਾਰੇ, ਸਕੂਲ ਬਾਰੇ ਕਹਿੰਦੇ ਚੰਗੜ ਪੈਣੀ, ਅਤੇ ਹੋਰ ਵੀ ਬਹੁਤ ਮੰਗਾਂ ਸੀਗੀਆਂ, ਪਰ DC ਸਾਹਿਬ ਨੇ ਸਾਡੀਆਂ ਮੰਗਾਂ ਨਹੀਂ ਸੁਣੀਆਂ, ਅਤੇ ਨਾ ਵਿਧਾਇਕ ਸਾਹਮਣੇ ਨੇ ਮੰਗਾਂ ਸੁਣੀਆਂ। ਅਤੇ ਅਸੀਂ ਜੇ ਸਾਡੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਗਈਆਂ ਤਾਂ 27 ਤਰੀਕ ਨੂੰ ਪਿੰਡ ਮਾਤਮ ਨਗਰ ਵਿੱਚ ਅਸੀਂ ਇਹ ਪੁਤਲਾ ਉਹਨਾਂ ਦਾ ਦੁਬਾਰਾ ਫੂਕਾਂਗੇ। ਅਤੇ ਹੋਰ ਜਿਹੜੀ ਭਗਵੰਤ ਮਾਨ ਸਰਕਾਰ ਹੈਗੀ ਹੈ, ਉਹਨਾਂ ਤਾਂ ਵਾਅਦੇ ਬਹੁਤ ਕੀਤੇ ਸੀ, ਜਦੋਂ ਭਾਸ਼ਣਾਂ ਵਿੱਚ ਕਹਿੰਦੇ ਆ ਪਿੰਡ ਦੋਨਾਂ ਨਾਨਕਾ ਮਾਤਮ ਨਗਰ ਤੇਜਰ ਵੇਲਾ ਮੇਰੇ ਮਤਲਬ ਰਟੇ ਵੇ ਗਿਆ, ਪਰ ਉਹ ਪਾਣੀਆਂ ਬਾਰੇ ਵੀ ਗੱਲ ਕਰਦਾ, ਪਾਣੀ ਵੀ ਖਰਾਬ ਹੈ, ਪਾਣੀ ਇੱਥੇ ਬਹੁਤ ਹੀ ਜ਼ਿਆਦਾ ਖਰਾਬ ਹੈ, ਉਹਨਾਂ ਦੀ ਕੋਈ ਵੀ ਮਤਲਬ ਨਹੀਂ ਪੂਰਾ ਉਹਨਾਂ ਕੀਤਾ ਵਾਅਦਾ। ਦੂਜੀ ਗੱਲ ਹੈਗੀ ਹੈ, ਸਾਡੇ ਇੱਥੇ ਏਰੀਏ ਦੀਆਂ ਕੱਚੀਆਂ ਜ਼ਮੀਨਾਂ ਹੈਗੀਆਂ, ਉਹਨਾਂ ਕੱਚੀਆਂ ਜ਼ਮੀਨਾਂ ਨੂੰ ਮੁਆਵਜ਼ਾ ਤੱਕ ਨਹੀਂ ਦਿੱਤਾ, ਮਤਲਬ 2-2 ਹਜ਼ਾਰ ਰੁਪਇਆ ਦੇ ਕੇ ਕਿਸੇ ਦੇ ਬਸ ਤੋਰ ਦਿੱਤਾ, ਮੁੜ ਕੇ ਬਾਅਦ 'ਚ ਉਹਨਾਂ ਮਤਲਬ ਮੰਗਾਂ ਨਹੀਂ ਪੂਰੀਆਂ ਕੀਤੀਆਂ ਸਾਡੀਆਂ। ਉਸ ਤੋਂ ਬਾਅਦ ਦੂਸਰੀ ਗੱਲ ਕੀ, ਇੱਕ ਸਾਡੇ ਮਾਤਮਾ ਨਗਰ ਦੀ ਉਸ ਤੋਂ ਬਾਅਦ ਮਾਤਮਾ ਦੀ ਪੁਲ ਹੈਗੀ ਹੈ, ਜਿਹੜੀ ਪੁਲ ਕਾਫੀ ਹੀ ਨੀਵੀਂ ਹੈਗੀ ਹੈ, ਅੱਜ ਤੋਂ ਤਕਰੀਬਨ 25 ਸਾਲ ਪਹਿਲਾਂ ਮਤਲਬ ਬਾਦਲ ਸਰਕਾਰ ਨੇ ਪੁਲ ਬਣਾਇਆ ਸੀ, ਉਹ ਉੱਥੇ ਹੀ ਉਵੇਂ ਹੀ ਚੱਲੀ ਜਾਂਦੀ ਹੈ। ਉਸ ਤੋਂ ਬਾਅਦ ਸਾਡੀਆਂ ਹੋਰ ਵੀ ਬਹੁਤ ਮੰਗਾਂ ਹੈਗੀਆਂ ਨੇ, ਜਿਹੜੇ ਸਕੂਲਾਂ ਵਿਦਿਆਰਥੀਆਂ ਬਾਰੇ ਇੱਕ
ਬੱਸ ਲੱਗਣੀ ਚਾਹੀਦੀ ਹੈ। ਇੱਥੋਂ ਘੱਟੋ ਘੱਟ ਵੀ 5-6 ਕਿਲੋਮੀਟਰ ਬੱਚੇ ਜਾਂਦੇ ਆ, ਤੁਰ ਕੇ ਪੈਦਲ ਜਾਂਦੇ ਆ, ਉਹਨਾਂ ਨੂੰ